सीपी ऑफिस भी गए, तुसी पीपी गोल्डी दे घर भी गए, पर पीपी गोल्डी दे नाल तुहाडी मुलाकात होई जां नहीं होई? नहीं होई जी, नहीं होई। ओ भज गया, फरार हो गया। बाहर आके जद तक ते कैमरे चलते रहे जी, तद तक ते उन्हां दा रवैया बहुत अच्छा सी। ज्यों ही कैमरे बंद होए फिर उन्हां दा रवैया जिहड़ा ओह मारताड़ वाला हो गया। उस तो बाद असी पहुंचे जी सिविल लाइन जी, उन्होंने पुछगिछ की, वो कह लगे जी मामूली जहा छपाई है ये बारे किनू पता होगा। एक मामूली जे पुलिस मैन के नाल जो वीडियो आदि आ, दो गड्डिया अगे तो दो गड्डिया पिछे जी, तो 15-15 बंदे नाल जी, फिर मामूली किवें हो गया? सीपी गोल्डी दे नाल तुसी हिसाब किताब लैन गए सीगे, ਤੁਹਾਨੂੰ ਕਿਹਾ ਗਿਆ ਸੀ ਬਘੇਲ ਸਿੰਘ ਵੱਲੋਂ ਕਿ ਤੁਸੀਂ ਹਿਸਾਬ ਕਿਤਾਬ ਲਓ? ਮੈਂ ਪੀਪੀ ਗੋਲਡੀ ਕੋਲੋਂ ਕੋਈ ਸੀ ਹਿਸਾਬ ਕਿਤਾਬ ਲੈਣ ਨਹੀਂ ਗਈ ਸੀ, ਉਹਦੇ ਬਾਅਦ ਜਿਹੜਾ ਮੇਰਾ ਇਹ ਹਿਸਾਬ ਕਿਤਾਬ ਬਣ ਗਿਆ ਸੀ ਨਾ, ਮੈਂ ਉਹ ਪੂਰਾ ਕਰਨ ਵਾਸਤੇ ਜਿਹੜਾ ਇਹਨਾਂ ਲੋਕਾਂ ਨੇ ਇਹਨਾਂ ਨਾਲ ਪੈਸਾ ਮੰਗਵਾ ਕੇ ਉਹ ਕਿੱਥੇ ਲਾ ਦਿੱਤਾ? ਉਹਦਾ ਹਿਸਾਬ ਤੇ ਉਹਨਾਂ ਨੇ ਮੰਗਣਾ ਹੀ ਜੀ, ਗੱਲ ਤੇ ਹਿਸਾਬ ਦੀ ਹੋਈ ਸੀ ਜੀ, ਤੁਸੀਂ ਹਿਸਾਬ ਦਿਓ ਗੱਲ ਖਤਮ। ਲੋਕ ਤੁਹਾਨੂੰ ਇਹ ਵੀ ਕਹਿ ਰਹੇ ਨੇ ਕਿ ਤੁਸੀਂ ਕਿਤੇ ਨਾ ਕਿਤੇ ਪਬਲਿਸਿਟੀ ਲੈਣ ਦੇ ਲਈ ਇਹ ਸਭ ਕੁਝ ਕਰ ਰਹੇ ਹੋ, ਜਾਂ ਤੁਸੀਂ ਵੀ ਇੱਕ ਫੇਮਸ ਹੋਣਾ ਚਾਹੁੰਦੇ ਹੋ ਇਸ ਕਰਕੇ ਤੁਸੀਂ ਕੈਮਰੇ ਦੇ ਅੱਗੇ ਲਗਾਤਾਰ ਆ ਰਹੇ ਹੋ। ਇੱਕ ਇੱਕ ਘਰ ਦਾ ਰਾਸ਼ਨ ਤੇ 10-10 ਗੱਡੀਆਂ ਤੇ 15-15 ਗੱਡੀਆਂ, ਜਿੰਨੀ ਦੇਰ ਤੱਕ ਇਹਨਾਂ ਦੀ ਸੈਟੀਸਫੈਕਸ਼ਨ ਨਹੀਂ ਹੁੰਦੀ ਵੀਡੀਓ ਦੀ ਕਿ ਹਾਂ ਹੁਣ ਤਸੱਲੀ ਹੋ ਗਈ, ਉਨੀ ਦੇਰ ਤੱਕ ਇਹਨਾਂ ਨੇ ਉਹ ਕੰਟੀਨਿਊ ਕਰੀ ਜਾਣੀ ਹੈ। ਪੀਪੀ ਗੋਲਡੀ ਕੌਣ ਆ ਇਹਦਾ ਕੁਛ ਨਹੀਂ ਪਤਾ, ਇਹਦਾ ਡਿਪਾਰਟਮੈਂਟ ਕਹਿ ਰਿਹਾ ਕੌਣ ਆ, ਕਿੱਥੇ ਜੌਬ ਕਰਦਾ ਆ, ਇਹ ਕਿਹੋ ਜਿਹਾ ਬਹਿਰੂਪੀ ਆ ਜਿਹੜਾ ਵਰਦੀ ਪਾ ਕੇ ਪੁਲਿਸ ਦੇ ਵਿੱਚ ਵੜਿਆ ਹੋਇਆ ਆ। ਕੁਝ ਇਹ ਵੀ ਕਿਹਾ ਜਾ ਰਿਹਾ ਕਿ ਜੋ ਫੋਟੋਜ਼ ਨੇ ਉਹ ਐਡਿਟ ਹੋ ਰਹੀਆਂ ਨੇ, ਪਰਿਵਾਰ ਦੀਆਂ ਫੋਟੋਜ਼ ਐਡਿਟ ਹੋ ਰਹੀਆਂ ਨੇ, ਕੁਝ ਅਜਿਹਾ ਵੀ ਮਾਮਲਾ ਆਇਆ ਹੈ? ਜੇ ਫੇਸ ਮੇਰਾ ਲਗਾ ਕੇ ਤੇ ਨੀਚੇ ਕੋਈ ਗੰਦੀ ਮੰਦੀ ਫੋਟੋ ਲਗਾ ਵੀ ਦੇਣਗੇ ਤੇ ਕੋਈ ਫਰਕ ਨਹੀਂ ਪੈਂਦਾ। ਕੀ ਬਘੇਲ ਸਿੰਘ ਬਾਰੇ ਜੋ ਵੀ ਬੋਲੇ ਉਹਦੇ ਲਈ ਗਿਲਟੀ ਫੀਲ ਕਰਦੇ ਹੋ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨਆਰਆਈ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ। ਜੋ ਪੀਪੀ ਗੋਲਡੀ ਦਾ ਮਾਮਲਾ ਹੈ ਤੇ ਜੋ ਬਘੇਲ ਸਿੰਘ ਦਾ ਮਾਮਲਾ ਹੈ ਉਹ ਥੰਮਣ ਨੂੰ ਨਾਮ ਨਹੀਂ ਲੈ ਰਿਹਾ ਹੈ। ਜੋ ਬਘੇਲ ਸਿੰਘ ਹੈ ਉਹ USA ਤੋਂ ਲਾਈਵ ਹੁੰਦੇ ਨੇ ਅਤੇ ਜੋ ਹੈ ਪੀਪੀ ਗੋਲਡੀ ਤੋਂ ਹਿਸਾਬ ਕਿਤਾਬ ਮੰਗਦੇ ਨੇ। ਹਾਲੇ ਇਹ ਮਾਮਲਾ ਠੰਡਾ ਹੀ ਨਹੀਂ ਹੋਇਆ ਸੀ ਕਿ ਵਿਚਕਾਰ ਇੱਕ ਹੋਰ ਬੰਦੇ ਦੀ ਐਂਟਰੀ ਹੁੰਦੀ ਹੈ, ਉਹ ਹੈ ਬਘੇਲ ਸਿੰਘ ਦੀ ਭੈਣ ਰਾਜਵਿੰਦਰ ਕੌਰ। ਉਹਨਾਂ ਦੀ ਐਂਟਰੀ ਹੁੰਦੀ ਹੈ ਅਤੇ ਉਹ ਜੋ ਨੇ ਬਘੇਲ ਸਿੰਘ ਦੇ ਖਿਲਾਫ਼ ਬੋਲਦੇ ਨੇ, ਬਾਅਦ ਚੋਂ ਪੱਖ ਦੇ ਵਿੱਚ ਵੀ ਆ ਜਾਂਦੇ ਨੇ। ਤੇ ਜੋ ਹੈ ਜੋ ਰਾਜਵਿੰਦਰ ਕੌਰ ਹੈ ਉਹ ਪੀਪੀ ਗੋਲਡੀ ਤੋਂ ਹਿਸਾਬ ਕਿਤਾਬ ਲੈਣ ਦੇ ਲਈ ਲੁਧਿਆਣਾ ਪਹੁੰਚਦੇ ਨੇ। ਲੁਧਿਆਣਾ ਪਹੁੰਚਣ ਤੋਂ ਬਾਅਦ ਕੀ ਉਹਨਾਂ ਨੂੰ ਪੀਪੀ ਗੋਲਡੀ ਮਿਲਦਾ ਹੈ, ਕੀ ਪੀਪੀ ਗੋਲਡੀ ਜੋ ਹੈ ਉਹਨਾਂ ਨੂੰ ਹਿਸਾਬ ਕਿਤਾਬ ਦਿੰਦਾ ਹੈ, ਸਾਰਾ ਮਾਮਲਾ ਜਾਣ ਲੈਂਦੇ ਆ। ਸੋ ਰਾਜਵਿੰਦਰ ਜੀ ਤੁਸੀਂ ਗਏ ਸੀਗੇ ਲੁਧਿਆਣੇ ਦੇ ਵਿੱਚ, ਹੈ ਨਾ, ਲੁਧਿਆਣਾ ਹਿਸਾਬ ਕਿਤਾਬ ਲੈਣ ਗਏ ਸੀਗੇ, ਕੀ ਉੱਥੇ ਮਾਮਲਾ ਹੋਇਆ? ਪੀਪੀ ਗੋਲਡੀ ਹੈ ਜੋ ਤੁਹਾਨੂੰ ਮਿਲੇ ਆ? ਨਹੀਂ ਜੀ, ਅਸੀਂ ਪਹਿਲਾਂ ਗਏ ਜਿੱਥੇ ਜਿੱਥੇ ਸਾਨੂੰ ਪਤਾ ਲੱਗਿਆ ਸੀ ਕਿ ਇਹ ਬੰਦਾ ਇੱਥੇ ਇੱਥੇ ਮਿਲ ਸਕਦਾ। ਅਸੀਂ ਪਹਿਲਾਂ ਗਏ ਕੂੰਕਲਾ ਪੁਲਿਸ ਸਟੇਸ਼ਨ, ਉੱਥੇ ਉਹਨਾਂ ਨੇ ਕਿਹਾ ਜੀ ਇਹ ਜਦੋਂ ਲਾਕਡਾਊਨ ਹੋਇਆ ਉਦੋਂ ਇਹਦੀ ਟ੍ਰਾਂਸਫਰ ਹੋ ਗਈ ਲੁਧਿਆਣੇ ਸੀਪੀ ਆਫਿਸ ਜੀ। ਉਹਨਾਂ ਨੇ ਸਾਨੂੰ ਦੋ ਨੰਬਰ ਵੀ ਦਿੱਤੇ ਜਿਹੜੇ ਬੰਦ ਆ ਗਏ ਸੀ ਜੀ। ਉਸ ਤੋਂ ਬਾਅਦ ਔਰ ਉਹਨਾਂ ਨੇ ਬੜੀ ਅੱਛੀ ਡੀਲਿੰਗ ਸੀ ਸਾਡੇ ਨਾਲ, ਬੜੀ ਰਿਸਪੈਕਟ ਦਿੱਤੀ ਉਹਨਾਂ ਨੇ। ਉਹਨਾਂ ਨੇ ਕਿਹਾ ਉਸ ਬਾਰੇ ਅਗਰ ਤੁਹਾਨੂੰ ਕੁਛ ਪਤਾ ਲੱਗੇ ਤਾਂ ਸਾਨੂੰ ਹੀ ਦੱਸਣਾ। ਉਸ ਤੋਂ ਬਾਅਦ ਜੀ ਉਹਦਾ ਪਿੰਡ ਆ ਕਾਲੇਵਾਲ, ਅਸੀਂ ਗਏ ਕਾਲੇਵਾਲ ਜੀ। ਕਾਲੇਵਾਲ ਉਹਦੇ ਫਾਦਰ ਸਾਹਿਬ, ਉਹਦੇ ਤਾਇਆ ਜੀ ਜੀ, ਕੁਛ ਹੋਰ ਲੋਕ ਸੀਗੇ ਜਿਹੜੇ ਸਾਨੂੰ ਮਿਲੇ, ਜਿਨ੍ਹਾਂ ਦਾ ਕਹਿਣਾ ਸੀ ਜੀ ਸਾਨੂੰ ਉਹ ਘਰ ਨਹੀਂ ਹੈਗਾ ਜੀ। ਅਸੀਂ ਉਹਨਾਂ ਨੂੰ ਪੁੱਛਿਆ ਉਹਦੀ ਡਿਊਟੀ ਕਿੱਥੇ ਆ, ਉਹਨਾਂ ਨੇ ਕਿਹਾ ਜੀ ਉਹਦੀ ਡਿਊਟੀ ਜਿਹੜੀ ਹੈ ਉਹ ਲੁਧਿਆਣੇ ਜੀ, ਪਰ ਇਸ ਟਾਈਮ ਉਹ ਮਿਲੇਗਾ ਨਹੀਂ, ਕਿਤੇ ਗਿਆ ਹੋਇਆ ਜੀ। ਚਲੋ ਉਸ ਤੋਂ ਬਾਅਦ ਸਾਡੇ ਨਾਲ ਬਾਹਰ ਆਏ ਜੀ, ਬਾਹਰ ਆ ਕੇ ਜਦ ਤੱਕ ਤੇ ਕੈਮਰੇ ਚੱਲਦੇ ਰਹੇ ਜੀ, ਤਦ ਤੱਕ ਤੇ ਉਹਨਾਂ ਦਾ ਰਵੱਈਆ ਬਹੁਤ ਅੱਛਾ ਸੀ। ਜਿਉਂ ਹੀ ਕੈਮਰੇ ਬੰਦ ਹੋਏ ਫਿਰ ਉਹਨਾਂ ਦਾ ਰਵੱਈਆ ਜਿਹੜਾ ਉਹ ਮਾਰਤੜ ਵਾਲਾ ਹੋ ਗਿਆ। ਉਸ ਤੋਂ ਬਾਅਦ ਅਸੀਂ ਉੱਥੋਂ ਨਿਕਲੇ ਲੁਧਿਆਣੇ ਵਾਸਤੇ, ਲੁਧਿਆਣੇ ਆਏ ਅਸੀਂ ਸੀਪੀ ਆਫਿਸ ਜੀ, ਉਹ ਕਹਿੰਦੇ ਜੀ ਇੱਥੇ ਨਹੀਂ ਹੈਗਾ ਜੀ। ਉਸ ਤੋਂ ਬਾਅਦ ਅਸੀਂ ਪਹੁੰਚੇ ਜੀ, ਸਾਨੂੰ ਪਤਾ ਲੱਗਿਆ ਦੀਪ ਹੋਸਪਿਟਲ 5 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਗੋਲਡੀ ਅਨਮੋਲ ਕੁਆਤਰਾ ਇਹ ਦੋਨੋਂ ਉੱਥੇ ਹੁੰਦੇ ਨੇ। ਅਸੀਂ ਪਹੁੰਚੇ ਦੀਪ ਹੋਸਪਿਟਲ ਜੀ,
ਕਹਿੰਦੇ ਜੀ ਹੁਣ ਨਹੀਂ ਆ ਰਿਹਾ। ਉਸ ਤੋਂ ਬਾਅਦ ਅਸੀਂ ਪਹੁੰਚੇ ਜੀ ਸਿਵਲ ਲਾਈਨ ਜੀ, ਉਹਨਾਂ ਨੂੰ ਪੁੱਛਗਿੱਛ ਕੀਤੀ, ਉਹ ਕਹਿਣ ਲੱਗੇ ਜੀ ਮਾਮੂਲੀ ਜਿਹਾ ਛਪਾਈ ਹੈ, ਇਹਦੇ ਬਾਰੇ ਕਿਹਨੂੰ ਪਤਾ ਹੋਏਗਾ ਇੱਥੇ। ਅੱਛਾ, ਮਤਲਬ ਇੱਕ ਮਾਮੂਲੀ ਛਪਾਈ ਦੇ ਨਾਲ, ਇੱਕ ਮਾਮੂਲੀ ਜਿਹੇ ਪੁਲਿਸ ਮੈਨ ਦੇ ਨਾਲ ਜਦੋਂ ਉਹਦੀਆਂ ਵੀਡੀਓ ਆਉਂਦੀਆਂ ਆ, ਦੋ ਗੱਡੀਆਂ ਅੱਗੇ ਤੇ ਦੋ ਗੱਡੀਆਂ ਪਿੱਛੇ ਜੀ, ਤੇ 15-15 ਬੰਦੇ ਨਾਲ ਜੀ, ਫਿਰ ਉਹ ਮਾਮੂਲੀ ਕਿਵੇਂ ਹੋ ਗਿਆ? ਉਹਨਾਂ ਨੇ ਕਿਹਾ ਜੀ ਇੱਥੇ ਨਹੀਂ ਹੈਗਾ, ਅਸੀਂ ਉਸ ਬਾਰੇ ਕੁਛ ਨਹੀਂ ਜਾਣਦੇ। ਉੱਥੋਂ ਜੀ ਅਸੀਂ ਵਾਪਸ ਆਏ ਜਲੰਧਰ, ਅੱਗੇ ਦੇਖਦੇ ਹਾਂ, ਕੰਟੀਨਿਊ ਰੱਖਾਂਗੀ ਮੈਂ ਉਹਦੀ ਭਾਲ ਉਸ ਬੰਦੇ ਦੀ ਜਦ ਤੱਕ ਉਹ ਮੈਨੂੰ ਮਿਲ ਨਹੀਂ ਜਾਂਦਾ ਜੀ। ਰਾਜਵਿੰਦਰ ਕੌਰ ਜੀ, ਜੇ ਗੱਲ ਕਰੀਏ ਤਾਂ ਤੁਸੀਂ ਸੀਪੀ ਆਫਿਸ ਵੀ ਗਏ, ਤੁਸੀਂ ਪੀਪੀ ਗੋਲਡੀ ਦੇ ਘਰ ਵੀ ਗਏ, ਪਰ ਪੀਪੀ ਗੋਲਡੀ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਜਾਂ ਨਹੀਂ ਹੋਈ? ਨਹੀਂ ਹੋਈ ਜੀ, ਨਹੀਂ ਹੋਈ। ਉਹ ਭੱਜ ਗਿਆ, ਫਰਾਰ ਹੋ ਗਿਆ। ਜਦਕਿ ਇੱਕ ਦੋ ਦਿਨ ਪਹਿਲਾਂ ਉਹਨੂੰ ਮੈਂ ਕਿਹਾ ਸੀ ਕਿ ਮੈਂ ਤੈਨੂੰ ਮਿਲਣ ਆਉਣਾ, ਉਹਨੂੰ ਲੱਗਿਆ ਕਿ ਇਹਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਆ ਜਾਏ, ਪਰ ਐਡੀ ਕੋਈ ਡਰਨ ਵਾਲੀ ਗੱਲ ਵੀ ਨਹੀਂ ਸੀ ਹੈਗੀ, ਪਰ ਉਹ ਬੰਦਾ ਨਹੀਂ ਮਿਲਿਆ ਜੀ। ਸੋ ਜੇ ਗੱਲ ਕਰੀਏ ਪੀਪੀ ਗੋਲਡੀ ਦੇ ਨਾਲ ਤੁਸੀਂ ਹਿਸਾਬ ਕਿਤਾਬ ਲੈਣ ਗਏ ਸੀਗੇ, ਤੁਹਾਨੂੰ ਕਿਹਾ ਗਿਆ ਸੀ ਬਘੇਲ ਸਿੰਘ ਵੱਲੋਂ ਕਿ ਤੁਸੀਂ ਹਿਸਾਬ ਕਿਤਾਬ ਲਓ, ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ, ਕਿਸ ਵਜ੍ਹਾ ਦੇ ਕਾਰਨ ਤੁਹਾਨੂੰ ਹਿਸਾਬ ਕਿਤਾਬ ਲੈਣਾ ਹੀ ਚਾਹੀਦਾ, ਉਹ ਕਿਹੜੀ ਵਜ੍ਹਾ ਕੀ ਸੀ ਮੇਨ ਅੰਦਰੋਂ? ਮੈਂ ਪੀਪੀ ਗੋਲਡੀ ਕੋਲੋਂ ਕੋਈ ਹਿਸਾਬ ਕਿਤਾਬ ਲੈਣ ਨਹੀਂ ਗਈ ਸੀ, ਉਹਦੇ ਵੱਲ ਜਿਹੜਾ ਮੇਰਾ ਹਿਸਾਬ ਕਿਤਾਬ ਬਣ ਗਿਆ ਸੀ ਨਾ, ਮੈਂ ਉਹ ਪੂਰਾ ਕਰਨ ਵਾਸਤੇ। ਕਿਹੋ ਜਿਹਾ ਹਿਸਾਬ ਕਿਤਾਬ? ਇਸੇ ਇਨਸਾਨ ਨੇ ਕਿਸੇ ਪ੍ਰਭਪ੍ਰੀਤ ਨਾਂ ਦੇ ਬੰਦੇ ਨੂੰ ਪੈਸੇ ਦਿੱਤੇ, ਉਹਦੇ ਕੋਲੋਂ ਮੇਰੀ, ਮੇਰੀ ਛੋਟੀ ਸਿਸਟਰ, ਮੇਰੀ ਭਤੀਜੀ, ਮੇਰੀ ਭਰਜਾਈ, ਉਹਨਾਂ ਦੀ ਬੇਇੱਜ਼ਤੀ ਕਰਵਾਈ, ਉਹ ਸਾਰੇ ਪ੍ਰੂਫ ਹੈਗੇ ਮੇਰੇ ਕੋਲ, ਠੀਕ ਹੈ, ਉਹ ਸਾਰੇ ਸਬੂਤ ਮੈਂ ਪੇਸ਼ ਕਰ ਸਕਦੀ ਜੀ। ਮਤਲਬ ਤੁਸੀਂ ਬਘੇਲ ਸਿੰਘ ਦਾ ਧਿਆਨ ਹਿਸਾਬ ਕਿਤਾਬ ਵੱਲੋਂ ਹਟਾ ਕੇ ਤੇ ਤੁਸੀਂ ਇੱਕ ਇਹੋ ਜਿਹੇ ਪਾਸੇ ਲਾਣਾ ਚਾਹੁੰਦੇ ਹੋ ਕਿ ਉਹ ਆਪਣੀ ਫੈਮਿਲੀ ਦੇ ਝਗੜਿਆਂ ਦੇ ਵਿੱਚ ਉਲਝ ਜਾਏ ਜੀ। ਮਤਲਬ ਪੀਪੀ ਗੋਲਡੀ, ਤੁਸੀਂ ਕਿੰਨੇ ਵਜੇ ਘਰੋਂ ਨਿਕਲੇ ਸੀ, ਕਿੰਨੇ ਵਜੇ ਵਾਪਸ ਘਰ ਆਏ ਹੋ, ਕੀ ਪੂਰਾ ਉੱਥੇ ਘੁੰਮੇ ਹੋ, ਕਿੰਨਾ ਸਮਾਂ ਲੱਗਾ ਹੈ, ਤੇ ਪੀਪੀ ਗੋਲਡੀ ਫਿਰ ਵੀ ਨਹੀਂ ਮਿਲਿਆ? ਅਸੀਂ ਜੀ ਸਵੇਰੇ 8 ਵਜੇ 8:30 ਵਜੇ ਪਹੁੰਚੇ ਸੀ ਜੀ, ਪੂਰਾ ਦਿਨ ਘੁੰਮਣ ਤੋਂ ਬਾਅਦ ਮੇਰੇ ਖਿਆਲ 'ਚ 9 ਵਜ ਗਏ ਨੇ, ਅਸੀਂ ਹੁਣ ਵਾਪਸ ਆਏ ਹਾਂ, ਠੀਕ ਹੈ, ਅਜੇ ਵੀ ਅਸੀਂ ਘਰ ਨਹੀਂ ਪਹੁੰਚੇ। ਪਰਿਵਾਰ ਨੂੰ ਤੁਸੀਂ ਕਿਹਾ ਨਹੀਂ ਕਿ ਗੱਲ ਕਰਵਾਓ ਜਾਂ? ਉਹਨਾਂ ਨੇ ਮੇਰਾ ਨੰਬਰ ਲਿਆ, ਕਹਿੰਦੇ ਜਿਸ ਤਰ੍ਹਾਂ ਹੀ ਆਏਗਾ ਤੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਗੱਲ ਕਰਵਾਈ ਜਾਏਗੀ, ਠੀਕ ਹੈ। ਹੁਣ ਪੀਪੀ ਗੋਲਡੀ ਦੇ ਮਸਲੇ ਨੂੰ ਲੈ ਕੇ ਚਰਚਾ ਤਾਂ ਛਿੜੀ ਹੋਈ ਹੈ, ਲਗਭਗ 1 ਮਹੀਨਾ ਹੋ ਚੱਲਿਆ ਹੈ ਨਾ ਇਸ ਗੱਲਬਾਤ ਨੂੰ ਲੈ ਕੇ, ਪੀਪੀ ਗੋਲਡੀ ਨੇ ਹਾਲੇ ਤੱਕ ਹਿਸਾਬ ਕਿਤਾਬ ਨਹੀਂ ਦਿੱਤਾ ਹੈ ਹਨਾ। ਪਰ ਜੇ ਗੱਲ ਕਰੀਏ ਰਾਜਵਿੰਦਰ ਕੌਰ ਜੀ, ਜੇ ਜਦੋਂ ਦਾ ਤੁਹਾਡਾ ਇੰਟਰਵਿਊ ਹੋਇਆ, ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਹੀ ਤੁਹਾਡਾ ਇੰਟਰਵਿਊ ਹੋਇਆ ਸੀਗਾ ਨਾ, ਰਿਸ਼ਪਾਲ ਸਿੰਘ ਨੇ ਤੁਹਾਡਾ ਇੰਟਰਵਿਊ ਲਿਆ ਸੀਗਾ, ਸੋ ਉਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਇਹ ਵੀ ਚਰਚਾ ਉੱਠ ਰਹੀ ਹੈ ਕਿ ਰਾਜਵਿੰਦਰ ਕੌਰ ਹੈ ਜੋ ਉਹ ਆਪਣੇ ਭਰਾ ਦਾ ਸਾਥ ਨਹੀਂ ਦੇ ਰਹੀ, ਆਪਣੇ ਭਰਾ ਨੂੰ ਬਦਨਾਮ ਕਰ ਰਹੀ ਹੈ, ਜਿਸ ਤੋਂ ਬਾਅਦ ਤੁਸੀਂ ਅੱਜ ਆਪਣੇ ਭਰਾ ਦੇ ਪੱਖ ਦੇ ਵਿੱਚ ਆਏ ਹੋ, ਸੋ ਕੀ ਉਹ ਰੀਜ਼ਨ ਕੀ ਸੀਗਾ? ਜੋ ਲੜਾਈ ਸੀਗੀ ਉਹ ਪੀਪੀ ਗੋਲਡੀ ਦੇ ਨਾਲ ਸੀ, ਪਰ ਭਰਾ ਦੇ ਬਾਰੇ ਬੋਲਣਾ ਉਹ ਜਾਇਜ਼ ਸੀ? ਮੈਨੂੰ ਕੁਛ ਲੋਕ ਗਲਤ ਗਾਈਡ ਕਰ ਰਹੇ ਸੀ ਕਿ ਇਹਨੇ ਇਸ ਤਰ੍ਹਾਂ ਕੀਤਾ, ਬਘੇਲ ਸਿੰਘ ਨੇ ਇਸ ਤਰ੍ਹਾਂ ਕੀਤਾ, ਜਦਕਿ ਉਹਨੇ ਕੁਛ ਨਹੀਂ ਕੀਤਾ ਇਹਦੇ ਦਾ, ਠੀਕ ਹੈ, ਉਹਨੇ ਕੋਈ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ, ਕੋਈ ਕਿਸੇ ਨੂੰ ਬਦਨਾਮ ਕਰਨ ਲਈ ਕੋਈ ਕੁਛ ਨਹੀਂ ਕੀਤਾ, ਉਹ ਬਿਲਕੁਲ ਕਲੀਨ ਇਸ ਚੀਜ਼ ਤੋਂ। ਔਰ ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ, ਚਲੋ ਠੀਕ ਹੈ, ਭੈਣ ਭਰਾਵਾਂ ਦੇ ਵਿੱਚ ਬਹੁਤ ਸਾਰੀਆਂ ਲੜਾਈਆਂ ਹੋ ਜਾਂਦੀਆਂ, ਹੁਣ ਜਿਹੜੇ ਪੋਤੇ ਆ ਮਾਵਾਂ ਨੂੰ ਕੁਛ ਕਹਿ ਲੈਣਾ ਤੇ ਮਾਵਾਂ ਨਾਰਾਜ਼ ਥੋੜੀ ਹੋ ਜਾਂਦੀਆਂ ਉਹਦੇ ਨਾਲ, ਕਿਉਂਕਿ ਸੋਸ਼ਲ ਮੀਡੀਆ ਤੇ ਮੰਗ ਉੱਠ ਰਹੀ ਸੀਗੀ, ਲੋਕ ਕਹਿ ਵੀ ਰਹੇ ਸੀਗੇ ਕਿ ਭੈਣ ਭਰਾਵਾਂ ਦੀ ਜਿਹੜੀ ਲੜਾਈ ਹੈ ਉਹ ਆਪਾਂ ਜੇ ਸੋਸ਼ਲ ਮੀਡੀਆ ਤੇ ਨਾ ਲੈ ਕੇ ਆਏ ਤਾਂ ਵਧੀਆ ਸੀ, ਪਰ ਅਸੀਂ ਦੋਨੋਂ ਕਦੇ ਨਹੀਂ ਲੜੇ। ਮੇਰੀ ਛੋਟੀ ਸਿਸਟਰ ਤੇ ਬਘੇਲ ਸਿੰਘ ਦੀ ਲੜਾਈ ਜ਼ਰੂਰ ਹੁੰਦੀ ਰਹੀ ਆ, ਜਿਹਦੇ ਵਿੱਚ ਬਚਾਅ ਵੀ ਮੈਂ ਹੀ ਕਰਦੀ ਰਹੀ ਹਾਂ, ਕਿਉਂਕਿ ਮੈਂ ਵੱਡੀ ਸੀ ਤੇ ਮੈਨੂੰ ਲੜਨ ਦਾ, ਮੈਨੂੰ ਲੱਗਦਾ ਸੀ ਕਿ ਮੈਨੂੰ ਲੜਨ ਦਾ ਹੱਕ ਹੀ ਨਹੀਂ ਹੈਗਾ, ਕਿਤੇ ਨਾ ਕਿਤੇ ਸਾਡੀਆਂ ਕਾਫੀ ਟਾਈਮ ਪਹਿਲਾਂ ਕੁਝ ਮਿਸ ਅੰਡਰਸਟੈਂਡਿੰਗ ਹੋਈਆਂ, ਜਿਹੜੀਆਂ ਮੈਂ ਨਾ ਤੇ ਕਦੀ ਆਪਣੀ ਲਾਈਫ ਜਿਹੜੀ ਮੈਂ ਨਾ ਕਦੀ ਆਪਣੇ ਫਾਦਰ ਸਾਹਿਬ ਨਾਲ ਸ਼ੇਅਰ ਕੀਤੀ, ਨਾ ਮੈਂ ਆਪਣੀ ਮਦਰ ਨੂੰ ਆਪਣੀਆਂ ਤਕਲੀਫਾਂ ਦੱਸੀਆਂ ਕਦੇ, ਨਾ ਹੀ ਮੈਂ ਆਪਣੇ ਭਰਾ ਨੂੰ ਦੱਸੀਆਂ, ਜਦੋਂ ਉਹਨੂੰ ਮੇਰੀਆਂ ਤਕਲੀਫਾਂ ਮੇਰੇ ਪਰੇਸ਼ਾਨੀਆਂ ਬਾਰੇ ਪਤਾ ਹੀ ਨਹੀਂ ਹੈਗਾ ਸੀ, ਕਿਉਂਕਿ ਮੈਂ ਬੜੀ ਬੜੀ ਸਟਰੋਂਗ ਆ, ਮੈਂ ਸੋਚਦੀ ਹਾਂ ਕਿ ਜਿੱਥੋਂ ਤੱਕ ਆਪਣੀ ਲੜਾਈ ਨੂੰ ਆਪ ਲੜੋ, ਉਹਨੂੰ ਖੁਦ ਹੀ ਲੜੋ, ਪਰਿਵਾਰ ਨੂੰ ਤੰਗ ਨਹੀਂ ਕਰਨਾ ਚਾਹੀਦਾ ਜੀ। ਇਸ ਕਰਕੇ ਜਦੋਂ ਉਹਨੂੰ ਮੈਨੂੰ ਪਤਾ ਲੱਗਿਆ, ਗਿਲਟੀ ਫੀਲ ਕਰਦੇ ਹੋ, ਗਿਲਟੀ ਫੀਲ ਕਰਦੇ ਹੋ ਕਿ ਬਘੇਲ ਸਿੰਘ ਬਾਰੇ ਜੋ ਵੀ ਬੋਲੇ ਉਹਦੇ ਲਈ ਗਿਲਟੀ ਫੀਲ ਕਰਦੇ ਹੋ? ਹਾਂ ਬਿਲਕੁਲ ਕਰਦੀ, ਬਿਲਕੁਲ ਕਰਦੀ ਹਾਂ, ਔਰ ਕੋਈ ਗੱਲ ਨਹੀਂ, ਜਿੱਥੇ ਲੱਗੇ ਕਿ ਹਾਂ ਮਾਫ਼ ਕਰ ਦੇਣਾ ਚਾਹੀਦਾ। ਸੋ ਬਘੇਲ ਸਿੰਘ ਦੇ ਨਾਲ ਗੱਲਬਾਤ ਹੋਈ ਤੁਹਾਡੀ? ਹਾਂਜੀ ਹੋਈ ਜੀ, ਬਾ ਉਹ ਵੀ ਸੈਟੀਸਫਾਈ ਨੇ?
सवाल भी बहुत सारे मन दे विच हुंदे ने हना सोशल मीडिया ते तुसी भी एक्टिव हो ते तुसी भी देखिया होना कि कमेंटा दे विच ही बहुत सारे सवाल आए ने लोग तुहानू ए भी कह रहे ने कि तुसी किते ना किते पब्लिसिटी लैण दे लिए सब कुछ कर रहे हो जा तुसी भी एक फेमस होना चाहते हो इस करके तुसी कैमरे दे अगे लगातार आ रहे हो इस दे विच उहनां लोकां तुसी की जवाब दोगे अपने भैन भरावां दे खिलाफ बोल के कोई फेमस नहीं हो सकदा पब्लिसिटी दी मैनूं जरूरत नहीं है जी क्योंकि मैं जड़ियां कोई इलेक्शन लड़नियां है जी मैं बड़ा कोई मैं एक सिंपल जी हां जिन्ना क कमा लिया उन्ना क थोड़ा लोकां नूं खवा लिया ते थोड़ा आप खा लिया जी बेटा मेरा पिछले 2 साल तो यूएसए है जी सेटल आ जी होर कोई बच्चा मेरा है नहीं कल्ली हां मैं सारा दिन लोकां दी सेवा दे विच ही तुरी फिरदी रहनी हां सवेरे निकलना शामी आना विश्व टीवी बटाले तो इंचार्ज हां मैं जी डिस्ट्रिक्ट गुरदासपुर दी बेड़िया फाउंडेशन दी मैं प्रेसिडेंट हां जी और जरूरी नहीं है कि पैसे दे नाल ही सेवा कीती जा सके सेवा करन दे होर भी बहुत तरीके हुंदे मैं कदे किसे नूं भी तुसी पुछ के देख लो कि कदी किसे कोल हेल्प किसे तरीके दी जां किसे बार एनआरआई मेरी जितों तक मेरी रिश्तेदारी है ना सारी बार है मैं किसे अगे हाथ नहीं फैलाया कि फलाने जाने दी मैं हेल्प करनी है तो तुसी मैनूं पैसे दे जी अगर मेरी जेब दे विच 100 रुपया आ तो मैं 90 दी अगले दी हेल्प कर दांगी 10 रुपये अपने कोल रख जी जी ਜਿਹੜਾ ਇਹਨਾਂ ਲੋਕਾਂ ਨੇ ਇਹਨਾਂ ਪੈਸਾ ਮੰਗਵਾ ਕੇ ਉਹ ਕਿੱਥੇ ਲਾ ਦਿੱਤਾ ਉਹਦਾ ਹਿਸਾਬ ਤੇ ਉਹਨਾਂ ਨੇ ਮੰਗਣਾ ਹੀ ਹੈ ਜੀ ਗੱਲ ਤੇ ਹਿਸਾਬ ਦੀ ਹੋਈ ਸੀ ਜੀ ਤੁਸੀਂ ਹਿਸਾਬ ਦਿਓ ਗੱਲ ਖਤਮ ਜੀ ਤੁਸੀਂ ਹਿਸਾਬ ਤੋਂ ਗੱਲ ਹਟਾ ਕੇ ਤੁਸੀਂ ਉਹਦੀ ਫੈਮਿਲੀ ਦੇ ਵਿੱਚ ਉਹਨੂੰ ਬਿਜ਼ੀ ਕਰ ਦਿੱਤਾ ਜੀ ਉਹ ਪਰੇਸ਼ਾਨ ਹੋ ਗਿਆ ਉਹ ਟੈਨਸ਼ਨ 'ਚ ਆ ਗਿਆ ਇਹ ਚੀਜ਼ ਜਿਹੜੀ ਚੀਜ਼ ਹੈ ਕਿਤੇ ਨਾ ਕਿਤੇ ਨੁਕਸਾਨਦਾਇਕ ਵੀ ਹੋਈ ਹੈ ਹਨਾ ਹਾਂਜੀ ਨੁਕਸਾਨਦਾਇਕ ਹੋਈ ਹੈ ਨੁਕਸਾਨ ਜ਼ਿਆਦਾ ਹੁੰਦਾ ਹੈ ਫਾਇਦਾ ਘੱਟ ਹੁੰਦਾ ਜੀ ਕਿਉਂਕਿ ਜਿਹੜੇ ਲੋਕ ਤੁਹਾਨੂੰ ਵੇਖ ਪਸੰਦ ਨਹੀਂ ਕਰਦੇ ਜਿਹੜੇ ਲੋਕ ਤੁਹਾਡੀ ਕਾਮਯਾਬੀ ਵੇਖ ਕੇ ਬਰਦਾਸ਼ਤ ਨਹੀਂ ਕਰਦੇ ਉਹਨਾਂ ਲੋਕਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਜੀ ਪਰ ਮੈਂ ਖੁਸ਼ ਹਾਂ ਜੀ ਮੈਂ ਖੁਸ਼ ਹਾਂ ਮੈਂ ਅਰਦਾਸ ਕਰਦੀ ਹਾਂ ਕਿ ਉਹ ਆਪਣੀ ਲੜਾਈ 'ਚ ਜ਼ਰੂਰ ਕਾਮਯਾਬ ਹੋਵੇ ਉਹ ਜ਼ਰੂਰ ਭਰਾ ਦੀ ਲੜਾਈ 'ਚ ਭਰਾ ਦੇ ਨਾਲ ਬਿਲਕੁਲ ਨਾਲ ਹਾਂ ਜੀ ਜੀ ਬਿਲਕੁਲ ਨਾਲ ਹਾਂ ਜੀ ਪੀਪੀ ਗੋਲਡੀ ਦੇ ਹਿਸਾਬ ਕਿਤਾਬ ਦੀ ਗੱਲ ਕਰੀਏ ਪਰਿਵਾਰ ਨੇ ਤੁਹਾਨੂੰ ਦਿਲਾਸਾ ਦਿੱਤਾ ਹਨਾ ਕਿ ਉਹ ਜਲਦੀ ਤੁਹਾਨੂੰ ਜੋ ਹਿਸਾਬ ਕਿਤਾਬ ਦੇਣਗੇ ਕੋਈ ਸਮਾਂ ਵੀ ਦਿੱਤਾ ਉਹਨਾਂ ਨੇ ਉਹਨਾਂ ਨੇ ਕੋਈ ਸਮਾਂ ਨਹੀਂ ਦਿੱਤਾ ਜੀ ਉਹਨਾਂ ਨੇ ਮੈਂ ਕਿਹਾ ਮੈਂ 4 ਦਿਨ ਇੱਥੇ ਰੁਕਾਂਗੀ 5 ਦਿਨ ਇੱਥੇ ਰੁਕਾਂਗੀ ਕਹਿੰਦੇ ਗੋਲਡੀ ਆਏਗਾ ਉਹਦੇ ਨਾਲ ਗੱਲ ਕਰਾਂਗੇ ਜਿਹੜੇ ਕੰਮ ਅਸੀਂ ਸ਼ੁਰੂ ਕੀਤੇ ਹੋਏ ਆ ਗੋਲਡੀ ਨੇ ਉਹ ਪਹਿਲਾਂ ਕੰਪਲੀਟ ਕਰ ਲਾਏ ਤੇ ਫਿਰ ਤੁਹਾਨੂੰ ਹਿਸਾਬ ਦੇ ਦੇਵਾਂਗੇ ਜੀ ਉਹਨਾਂ ਨੇ ਕਿਹੜੇ ਕੰਮ ਸ਼ੁਰੂ ਕੀਤੇ ਹੋਏ ਪੀਪੀ ਗੋਲਡੀ ਨੇ ਇਹਨਾਂ ਚੀਜ਼ਾਂ ਦਾ ਉਹਨਾਂ ਨੇ ਖੁਲਾਸਾ ਨਹੀਂ ਕੀਤਾ ਉਹ ਇਹ ਚੀਜ਼ ਦੀ ਵੇਟ ਨਹੀਂ ਕਰਨਗੇ सिर्फ हिसाब किताब मंगा जाएगा कि होर भी बहुत सारे समाज सेवी ने उन्हां ते भी उंगल उठाए जाएंगे शुरुआत हुई है जी समाज सेवी इस तरह उगे खासकर लुधियाने दे विच जिस तरह खुंबा उगदियां जी ਬਾਹਰ ਬੈਠੇ ਲੋਕਾਂ ਨੂੰ ਲੱਗਿਆ ਕਿ ਅਸੀਂ ਦਸਵੰਤ ਤੇ ਕੱਢਦੇ ਹੀ ਆ ਇਹ ਲੋਕ ਜਾ ਰਹੇ ਆ ਅਸੀਂ ਜਾ ਨਹੀਂ ਸਕਦੇ ਜੀ ਇਹਨਾਂ ਲੋਕਾਂ ਨੂੰ ਪੈਸਾ ਭੇਜੋ ਜੀ ਇਹ ਅੱਗੇ ਲੋਕਾਂ ਦੀ ਹੈਲਪ ਕਰਨ ਜੀ ਪਰ ਦੇਖੋ ਇਹਨਾਂ ਦੀ ਇਹ ਵਰਦੀ ਪਾ ਕੇ ਲੋਕ 10-10 ਗੱਡੀਆਂ ਲੈ ਕੇ ਲੋਕ ਧੱਕੇ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਵੜ ਜਾਂਦੀ ਤੁਸੀਂ ਕਿਤੇ ਕਿਤੇ ਵੀਡੀਓ ਦੇਖਿਓ ਇਹਨਾਂ ਦੀਆਂ ਕਿ ਇੱਕ ਇੱਕ ਘਰ ਦਾ ਰਾਸ਼ਨ ਤੇ 10-10 ਗੱਡੀਆਂ ਤੇ 15-15 ਜਣੇ ਜਿੰਨੀ ਦੇਰ ਤੱਕ ਇਹਨਾਂ ਦੀ ਸੈਟੀਸਫੈਕਸ਼ਨ ਨਹੀਂ ਹੁੰਦੀ ਵੀਡੀਓ ਦੀ ਕਿ ਹਾਂ ਹੁਣ ਤਸੱਲੀ ਹੋ ਗਈ ਉਨੀ ਦੇਰ ਤੱਕ ਇਹਨਾਂ ਨੇ ਉਹ ਕੰਟੀਨਿਊ ਕਰੀ ਜਾਣੀ ਹੈ ਕਰੀ ਜਾਣੀ ਹੈ ਇਹ ਪੀਪੀ ਗੋਲਡੀ ਕੌਣ ਆ ਇਹਦਾ ਕੁਝ ਨਹੀਂ ਪਤਾ ਇਹਦਾ ਡਿਪਾਰਟਮੈਂਟ ਕਹਿ ਰਿਹਾ ਕੌਣ ਆ ਕਿੱਥੇ ਜੌਬ ਕਰਦਾ ਆ ਇਹ ਕਿਹੋ ਜਿਹਾ ਬਹਿਰੂਪੀ ਆ ਜਿਹੜਾ ਵਰਦੀ ਪਾ ਕੇ ਪੁਲਿਸ ਦੇ ਵਿੱਚ ਵੜਿਆ ਹੋਇਆ ਆ ਕਹਿ ਨਹੀਂ ਸਕਦੇ ਕੁਝ ਜੀ ਮਤਲਬ ਕਿ ਹੁਣ ਜਿਹੜੀ ਲੜਾਈ ਹੈ ਇਹ ਲੰਬੀ ਜਾਏਗੀ ਜੇ ਪੀਪੀ ਗੋਲਡੀ ਹਿਸਾਬ ਨਹੀਂ ਦਿੰਦਾ ਹੈ ਹਨਾ ਪੀਪੀ ਗੋਲਡੀ ਕਹਿੰਦਾ ਕਿ ਨਹੀਂ ਮੈਂ ਤੁਹਾਨੂੰ ਹਿਸਾਬ ਨਹੀਂ ਦਿੰਦਾ ਕਿਉਂਕਿ ਉਹ ਲਗਾਤਾਰ ਕਹਿ ਵੀ ਰਹੇ ਨੇ ਕਿ ਇਹ ਕੌਣ ਹੁੰਦੇ ਨੇ ਬਿਲਕੁਲ ਹਿਸਾਬ ਕਿਤਾਬ ਮੰਗਣ ਵਾਲੇ ਹਨਾ ਕੀ ਕਰੋਗੇ ਅੱਗੇ ਕੀ ਮਤਲਬ ਕੀ ਸੋਚਿਆ ਕੀ ਹੈ ਮੈਂ ਉਹਨਾਂ ਨੂੰ ਕਿਹਾ ਕਿ ਜਿੰਨੇ ਜਿੰਨੇ ਪੈਸੇ ਭੇਜੇ ਆ ਜੀ ਉਹ ਪੂਰੀ ਡਿਟੇਲ ਭੇਜੋ ਜੀ ਉਹਦੀ ਪੂਰੀ ਡਿਟੇਲ ਦਿਓ ਉਹਦੀ ਡਿਟੇਲ ਲੈ ਕੇ ਫਿਰ ਇੱਕ ਬੰਦੇ ਦੀ ਮੇਰੇ ਨਾਲ ਡਿਊਟੀ ਲਾਓ ਜੀ ਹਿਸਾਬ ਕਿਤਾਬ ਲੈਣ ਦੀ ਜ਼ਿੰਮੇਵਾਰੀ ਮੈਂ ਨਹੀਂ ਲੈਂਦੀ ਜੀ ਕਿਉਂਕਿ ਪੈਸਿਆਂ ਦਾ ਮਾਮਲਾ ਆ ਪੈਸਿਆਂ ਦੇ ਮਾਮਲੇ 'ਚ ਮੈਂ ਨਹੀਂ ਪੈਣਾ ਚਾਹੁੰਦੀ ਨਾ ਮੈਂ ਕਿਸੇ ਇਹੋ ਜਿਹੇ ਪੈਸੇ ਨੂੰ ਹੱਥ ਵੀ ਲਾਣਾ ਚਾਹੁੰਦੀ ਜਿਹੜਾ ਸੇਵਾ ਦਾ ਪੈਸਾ ਹੋਵੇ
ਉਹ ਜਿਸ ਤਰ੍ਹਾਂ ਹੀ ਕਿਸੇ ਦੀ ਡਿਊਟੀ ਮੇਰੇ ਨਾਲ ਲਗਾਣਗੇ ਮੈਂ ਪੂਰੀ ਆਪਣੀ ਜਾਨ ਲਾ ਕੇ ਉਹਦਾ ਸਾਥ ਦੇਵਾਂਗੀ। ਉਹ ਕਿਸੇ ਨੂੰ ਐਫੀਡੇਵਿਟ ਭੇਜ ਦੇਣ ਬਣਾ ਕੇ ਕਿ ਆਹ ਫਲਾਣੇ ਬੰਦੇ ਦੀ ਅਸੀਂ ਡਿਊਟੀ ਲਾਈ ਆ ਤੇ ਤੁਸੀਂ ਇਹਦੇ ਨਾਲ ਜਾਓ। ਹਾਂ ਮੈਂ ਨਾਲ ਤੁਰਾਂਗੀ, ਪਰ ਇਹ ਗੱਲ ਆ ਕਿ ਮੈਂ ਹਿਸਾਬ ਕਿਤਾਬ ਮੰਗਾਂ ਕੋਈ ਹੋਰ ਪਰਸਨ, ਕੋਈ ਜਿਹਦੇ 'ਤੇ ਉਹ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਸਾਰੇ ਬੱਚੇ, ਉਹਨੂੰ ਉਹ ਜ਼ਿੰਮੇਵਾਰੀ ਦੇਣ। ਹਾਂਜੀ, ਬਾਕੀ ਇਹ ਆ ਕਿ ਮੈਂ ਸੰਘਰਸ਼ ਦੇ ਵਿੱਚ ਉਹਨਾਂ ਦੇ ਨਾਲ ਆ, ਸੰਘਰਸ਼ ਦੇ ਵਿੱਚ ਹਰ ਇੱਕ ਤਰੀਕੇ ਦੇ ਨਾਲ। ਠੀਕ ਹੈ, ਜੋ ਮੈਂ ਆਪਣੇ ਤਰੀਕੇ ਦੇ ਨਾਲ ਕਾਰਵਾਈ ਕਰਨੀ ਹੈ ਜੀ, ਜੋ ਵੀ ਪੁਲਿਸ ਡਿਪਾਰਟਮੈਂਟ ਨੂੰ ਐਪਲੀਕੇਸ਼ਨ ਦੇਣੀ ਆ ਜਾਂ ਕੋਈ ਕੋਰਟ ਕੇਸ ਲਾਣਾ ਹੈ ਨਾ, ਉਹ ਮੈਂ ਆਪਣੀ ਜ਼ਿੰਮੇਵਾਰੀ ਤੇ ਰੱਖਾਂ। ਠੀਕ ਹੈ, ਸੋ ਅਸੀਂ ਵੀ ਇਹੀ ਕਹਿੰਦੇ ਆ ਕਿ ਜੋ ਵੀ ਸੱਚ ਹੈ ਉਹ ਸੱਚ ਇੱਕ ਵਾਰ ਜ਼ਰੂਰ ਸਾਹਮਣੇ ਆਉਣਾ ਚਾਹੀਦਾ ਹੈ, ਚਾਹੇ ਉਹ ਪੀਪੀ ਗੋਲਡੀ ਵੱਲੋਂ ਸੱਚ ਹੈ, ਜੇ ਉਹ ਸੱਚੇ ਨੇ ਤੇ ਉਹਨਾਂ ਦਾ ਸੱਚ ਬਾਹਰ ਆਏਗਾ, ਜਿਹੜੇ ਲੋਕ ਜਾਂ ਉਹਨਾਂ ਤੇ ਆਰੋਪ ਲਗਾ ਰਹੇ ਨੇ ਤੇ ਉਹ ਗੱਲ ਸਾਬਿਤ ਹੋ ਜਾਣਗੇ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਜੇ ਤੇ ਪੀਪੀ ਗੋਲਡੀ ਸਾਹਮਣੇ ਆਣਗੇ ਸੋਸ਼ਲ ਮੀਡੀਆ ਤੇ ਆਣਗੇ, ਲੋਕਾਂ ਦੇ ਨਾਲ ਉਹ ਵਿਚਾਰ ਚਰਚਾ ਕਰਨਗੇ, ਦੱਸਣਗੇ ਕਿ ਮੇਰੇ ਕੋਲ ਕਿੰਨਾ ਪੈਸਾ ਇਕੱਠਾ ਹੋਇਆ ਹੈ, ਮੈਂ ਕਿੰਨਾ ਪੈਸਾ ਖਰਚ ਕੀਤਾ ਹੈ, ਤੇ ਇਹ ਜਿਹੜਾ ਮਾਮਲਾ ਹੈ ਉਦੋਂ ਹੀ ਠੰਡਾ ਹੋਏਗਾ। ਸੋ ਰਾਜਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਟੂਡੀਓ ਦੇ ਵਿੱਚ ਆਏ ਹੋ, ਗੱਲਬਾਤ ਕੀਤੀ ਹੈ ਅਤੇ ਦੱਸਿਆ ਹੈ ਕਿ ਇਸ ਸੰਘਰਸ਼ ਦੇ ਵਿੱਚ ਜੋ ਹੈ ਤੁਸੀਂ ਬਘੇਲ ਸਿੰਘ ਦੇ ਨਾਲ ਹੋ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਤੁਹਾਡੇ ਤੇ ਵੀ ਸਵਾਲ ਚੱਕ ਰਹੇ ਨੇ ਸੀ ਕਿ ਇੱਕ ਭਰਾ ਦਾ ਸਾਥ ਹੀ ਭੈਣ ਜੋ ਹੈ ਨਹੀਂ ਦੇ ਰਹੀ ਹੈ, ਸੋ ਤੁਸੀਂ ਆਪਣੇ ਭਰਾ ਦਾ ਸਾਥ ਦੇ ਰਹੇ ਹੋ, ਕਾਫੀ ਲੋਕ ਇਸ ਚੀਜ਼ ਤੋਂ ਵੀ ਬਹੁਤ ਜ਼ਿਆਦਾ ਖੁਸ਼ ਨੇ, ਸੋ ਬਹੁਤ ਬਹੁਤ ਧੰਨਵਾਦ। ਕੁਛ ਲੋਕ ਖੁਸ਼ ਨੇ ਜੀ, ਕੁਛ ਲੋਕ ਦੁਖੀ ਨੇ ਜੀ। ਦੁਖੀ ਕਿਹੜੇ ਲੋਕ ਨੇ? ਦੁਖੀ ਉਹ ਲੋਕ ਨੇ ਜਿਹੜਾ ਫੈਮਿਲੀ ਨੂੰ ਇਕੱਠੇ ਨਹੀਂ ਦੇਖਣਾ ਚਾਹੁੰਦੇ ਸੀ, ਖੁਸ਼ ਉਹ ਲੋਕ ਨੇ ਜਿਹੜੇ ਬਘੇਲ ਸਿੰਘ ਨੂੰ ਪਿਆਰ ਕਰਦੇ ਆ, ਬਘੇਲ ਸਿੰਘ ਦੀ ਫੈਮਿਲੀ ਨੂੰ ਪਿਆਰ ਕਰਦੇ ਆ। ਉਹ ਇਨਸਾਨ ਇਵੇਂ ਦਾ ਆ ਕਿ ਉਹ ਜਦੋਂ ਵੀ ਕਿਸੇ ਦੇ ਨਾਲ ਖੜ ਗਿਆ ਤੇ ਉਹ ਪਿੱਛੇ ਹਟਣ ਵਾਲਾ ਨਹੀਂ ਜੀ। ਉਹ ਕਹਿ ਰਿਹਾ ਕਿ ਮੈਂ ਹੁਣ ਇਸ ਚੀਜ਼ ਤੋਂ ਪਿੱਛੇ ਨਹੀਂ ਹਟ ਸਕਦਾ, ਕਿਉਂਕਿ ਜੋ ਮੇਰੀ ਬੈਕ ਤੇ ਆ ਸਾਰੇ ਮੁੰਡਿਆਂ ਦੀ ਰਿਸਪੋਂਸੀਬਿਲਟੀ, ਕਿਤੇ ਨਾ ਕਿਤੇ ਉਹ ਮੈਨੂੰ ਕਹਿ ਰਿਹਾ ਕਿ ਅਗਰ ਤੂੰ ਪਿੱਛੇ ਹਟ ਗਿਆ ਤੇ ਇਸ ਬੰਦੇ ਨੇ ਸਾਡਾ ਨੁਕਸਾਨ ਕਰ ਦੇਣਾ, ਇਸ ਬੰਦੇ ਨੇ ਜੀ। ਐਂਡਿੰਗ ਕਰਦੇ ਕਰਦੇ ਮੇਰੇ ਇੱਕ ਲਾਸਟ ਸਵਾਲ ਰਹਿ ਗਿਆ ਸੀਗਾ, ਕੁਝ ਇਹ ਵੀ ਕਿਹਾ ਜਾ ਰਿਹਾ ਕਿ ਜੋ ਫੋਟੋਜ਼ ਨੇ ਉਹ ਐਡਿਟ ਹੋ ਰਹੀਆਂ ਨੇ, ਪਰਿਵਾਰ ਦੀਆਂ ਫੋਟੋਜ਼ ਐਡਿਟ ਹੋ ਰਹੀਆਂ ਨੇ, ਕੁਝ ਅਜਿਹਾ ਵੀ ਮਾਮਲਾ ਆਇਆ ਹੈ? ਅੱਜ ਮੇਰੇ ਸੁਣਨ 'ਚ ਜ਼ਰੂਰ ਆਇਆ ਸੀ ਜੀ, ਪਰ ਕੋਈ ਫਰਕ ਨਹੀਂ ਪੈਂਦਾ ਜੀ। ਜੇ ਫੇਸ ਮੇਰਾ ਲਗਾ ਕੇ ਤੇ ਨੀਚੇ ਕੋਈ ਗੰਦੀ ਮੰਦੀ ਫੋਟੋ ਲਗਾ ਵੀ ਦੇਣਗੇ ਤੇ ਕੋਈ ਫਰਕ ਨਹੀਂ ਪੈਂਦਾ, ਫਿਰ ਕੀ ਹੋ ਗਿਆ? ਜਦੋਂ ਇੱਕ ਲੜਾਈ ਦੇ ਵਿੱਚ ਆਪਾਂ ਕਦਮ ਰੱਖ ਹੀ ਲਿਆ ਤੇ ਫਿਰ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਣਾ ਚਾਹੀਦਾ। ਮੈਂ ਪਹਿਲਾਂ ਹੀ ਕਿਹਾ ਸੀ ਇਹ ਕੁਛ ਵੀ ਕਰਨਾ, ਇਹ ਜੋ ਮੈਨੂੰ ਮਰਜ਼ੀ ਕਹਿਣ, ਮੈਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਬਸ ਮੈਂ ਆਪਣੇ ਭਰਾ ਨੂੰ ਹਾਰਦੇ ਨਹੀਂ ਵੇਖ ਸਕਦੀ ਜੀ। ਸੋ ਬਹੁਤ ਬਹੁਤ ਰਾਜਵਿੰਦਰ ਜੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ, ਬਹੁਤ ਬਹੁਤ ਧੰਨਵਾਦ।